ਸਰਕਾਰੀ ਸੈਕੰਡਰੀ ਸਮਾਰਟ ਸਕੂਲ ਪਿੰਡ ਚਿਮਣੇਵਾਲਾ ਦੇ ਲੋਕਾਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ ਅਤੇ ਸਕੂਲ ਸਟਾਫ ਵੱਲੋਂ ਗੇਟ ਨੂੰ ਬੰਦ ਕਰ ਦਿੱਤਾ ਗਿਆ ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ। ਪਿੰਡ ਵਾਸੀਆਂ ਵੱਲੋਂ ਆਰੋਪ ਲਗਾਇਆ ਗਿਆ ਹੈ ਕਿ ਸਕੂਲ ਅੰਦਰ ਬੱਚਿਆਂ ਦੀ ਮਾਰਕੁਟਾਈ ਹੁੰਦੀ ਹੈ ਅਤੇ ਬਾਹਰੋਂ ਲੋਕ ਤੇਜ਼ਧਾਰ ਹਥਿਆਰ ਲੈ ਕੇ ਸਕੂਲ ਆਉਂਦੇ ਹਨ ਅਤੇ ਬੱਚਿਆਂ ਨੂੰ ਕੁੱਟਮਾਰ ਕਰਦੇ ਹਨ ਅਤੇ ਸਕੂਲ ਪ੍ਰਿੰਸੀਪਲ ਇਸ ਸੰਬੰਧ ਵਿੱਚ ਕੋਈ ਵੀ ਸ਼ਿਕਾਇਤ ਥਾਣਾ ਸਿਟੀ ਜਾਂ ਪੰਚਾਇਤ ਕੋਲ ਦਰਜ ਨਹੀਂ ਕਰਾਉਂਦੇ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਰੋਸ ਫੈਲ ਗਿਆ। ਬੀਤੇ ਦਿਨੀ ਸਕੂਲ ਵਿੱਚ ਅਜਿਹਾ ਹੀ ਕੁਝ ਹੋਇਆ ਸੀ ਅਤੇ ਕਈ ਬੱਚੇ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਹੋਏ ਸੀ, ਪਰ ਪ੍ਰਿੰਸੀਪਲ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾ ਦਿੱਤਾ ਅਤੇ ਪ੍ਰਿੰਸੀਪਲ ਵੱਲ ਕਾਰਵਾਈ ਕਰਨ ਦੇ ਰੋਸ਼ ਰੂਪ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ। ਜੇਕਰ ਇਹ ਕਾਰਵਾਈ ਨਾ ਹੋਈ ਤਾਂ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਜਾਣਗੇ ਅਤੇ ਦੋਸ਼ੀ ਵਿਅਕਤੀਆਂ ਨੂੰ ਸਕੂਲੋਂ ਨਾਮ ਕੱਟੇ ਜਾਣ ਅਤੇ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਦੇ ਬਾਅਦ ਡਿਪਟੀ DO ਅਤੇ DSP ਜਲਾਲਾਬਾਦ ਮੌਕੇ 'ਤੇ ਪਹੁੰਚੇ ਅਤੇ ਪ੍ਰਿੰਸੀਪਲ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ। ਲੜਾਈ ਹੋਣ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਆਇਆ ਜੀ, ਨਾਲ ਹੋਰ ਬੰਦੇ ਸੀ, ਉਹਨਾਂ ਦੇ ਪੇਰੈਂਟਸ ਸੀ। ਮੈਡਮ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਸਕੂਲ ਦੇ ਵਿੱਚ ਲੜਾਈ ਹੋਈ ਆ, ਤੁਹਾਡਾ ਇੱਥੇ ਤੁਸੀਂ ਰੋਕਣਾ ਸੀ ਇਹਨਾਂ ਨੂੰ, ਵੀ ਇੰਨਾ ਪੁੱਟਮਾਰ ਹੋਈ ਜਾਂਦੀ ਹੈ। ਮੈਡਮ ਕਹਿੰਦੀ ਸਾਡੇ ਨਾਲ ਤੁਸੀਂ ਕਾਹਦੀ ਰਾਜ ਕਰਦੇ, ਸਕੂਲ ਦੇ ਵਿੱਚ ਲੜਾਈ ਹੋਈ ਨਹੀਂ। ਮੈਡਮ ਨੇ ਸਿੱਧਾ ਹੀ ਜਵਾਬ ਦਿੱਤਾ ਸਾਨੂੰ, ਮੈਂ ਕਿਹਾ ਜੀ ਥਾਣੇ ਫੋਨ ਕਰ ਦਿਓ। ਹਾਂ ਜੀ, ਨਹੀਂ ਮੈਂ ਫਿਰ ਜਦੋਂ ਮੈਂ ਉਸ ਤੋਂ ਬਾਅਦ ਥਾਣੇ ਫੋਨ ਕੀਤਾ, ਫਿਰ ਇੱਥੇ ਧਰਨਾ ਲੱਗ ਗਿਆ ਬਾਹਰ, ਫਿਰ ਪੁਲਿਸ ਪ੍ਰਸ਼ਾਸਕ ਆਇਆ, ਉਹਨਾਂ ਨੇ ਵੀਡੀਓ ਲਈਆਂ ਮੈਡਮ ਕੋਲੋਂ। ਸਕੂਲ ਦੇ ਵਿੱਚ ਅੰਦਰ ਕਾਪੇ ਪਏ, ਸੱਟਾਂ ਪਈਆਂ, ਬੱਚਿਆਂ ਦੇ ਅੰਦਰ ਬਿਠਾਈ ਰੱਖੇਗਾ। ਫਿਰ ਉਹ ਆਏ ਤੇ ਫਿਰ ਪੁਲਿਸ ਪ੍ਰਸ਼ਾਸਕ ਨੇ ਜਾ ਕੇ ਬੱਚੇ ਹਸਪਤਾਲ ਦਾਖਲ ਕਰਾਏ ਸ਼ਾਮ ਨੂੰ 5 ਵਜੇ। ਜਿਹੜੀ CCTV ਸਕੂਲ ਦੇ ਅੰਦਰ ਦੀ ਹੈ ਜੀ? ਹਾਂਜੀ ਹਾਂਜੀ, ਅੰਦਰ ਦੀ ਲੜਾਈ ਹੋਈ, ਅੰਦਰ ਹੋਈ ਹੈ। ਮੈਡਮ ਨੇ ਸਾਨੂੰ 10-15 ਮਿੰਟ ਸਕੂਲ ਦੇ ਸਾਰਾ ਸਟਾਫ ਕਹੀ ਅੰਦਰ ਲੜਾਈ ਹੋਈ ਹੈ। ਮੈਡਮ ਨੇ ਉਹਨਾਂ ਦੇ ਪ੍ਰੈਸ਼ਰ ਪਾਇਆ, ਤੁਸੀਂ ਇਹ ਗੱਲ ਨਹੀਂ ਕਹਿਣੀ ਅੰਦਰ ਲੜਾਈ ਹੋਈ ਹੈ, ਲੜਾਈ ਬਾਹਰ ਹੋਈ ਹੈ ਇਹ ਗੱਲ ਕਹੋ, ਸਕੂਲ ਛੁੱਟੀ ਟਾਈਮ ਤੋਂ ਬਾਅਦ ਹੋਈ ਹੈ, ਹਾਲਾਂਕਿ ਸਕੂਲ ਲੱਗੇ ਦੇ ਵਿੱਚ ਠੀਕ ਹੈ ਜੀ ਲੜਾਈ ਹੋਈ। ਹਾਂਜੀ, ਜਿਹੜਾ ਹੈਗਾ ਇੱਥੇ ਪ੍ਰਸ਼ਾਸਨ ਮੈਡਮ ਅਤੇ ਆਪਣਾ ਪ੍ਰਵੀਨ ਹੈ, ਇੱਥੋਂ ਦੀ ਕੋਈ ਚੇਅਰਪਰਸਨ ਚੇਅਰਮੈਨ ਹੈ, ਉਹਦਾ ਮੁੰਡਾ ਵੀ ਇਹਦੇ ਵਿੱਚ ਸੀ ਲੜਾਈ ਦੇ, ਅਤੇ ਉਹਦੀ ਸ਼ਹਿ 'ਤੇ ਇਹ ਸਾਰਾ ਕੰਮ ਹੋਇਆ ਜਿੰਨੀ ਲੜਾਈ ਹੋਈ ਹੈ। ਮੈਡਮ ਨੇ ਇੱਕ ਕੋਈ ਲਖਵਿੰਦਰ ਹੈ, ਉਹ ਇੱਥੇ ਮੁੰਡਿਆਂ ਦੇ ਸੱਟਾਂ ਮਾਰਨ ਦੇ ਵਿੱਚ ਸੀ, ਮੁੰਡਾ ਉਹਦਾ ਪੜ੍ਹਦਾ ਪਰ ਸੱਟਾਂ ਮੁੰਡਿਆਂ ਦੇ ਉਹ ਮਾਰਨ ਆਇਆ ਸੀ, ਇੱਕ ਕੋਈ ਛਿੰਦਾ ਹੈ ਉਹ ਮੁੰਡਿਆਂ ਦੇ ਸੱਟਾਂ ਮਾਰਨ ਆਇਆ ਸੀ, ਬਾਕੀ ਚੇਅਰਪਰਸਨ ਦੀ ਸ਼ਹਿ 'ਤੇ ਅਤੇ ਇੱਕ ਆਪਣੀ ਪ੍ਰਿੰਸੀਪਲ ਮੈਡਮ 'ਤੇ, ਦੋਵਾਂ 'ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ। ਇਹਨਾਂ ਦਾ ਪਰਚੇ ਦੇ ਵਿੱਚ ਨਾਂ ਆਉਣਾ ਚਾਹੀਦਾ। ਸਕੂਲ ਦੇ ਅੰਦਰ ਮੁੰਡਿਆਂ ਦੇ ਸੱਟਾਂ ਵੱਜੀਆਂ, ਮੈਡਮ ਨੇ ਕਾਪੇ ਲਿਖਵਾਏ ਅੰਦਰ, ਮੈਡਮ ਨੇ ਖੂਨ ਸਾਫ਼ ਕਰਵਾਇਆ ਅੰਦਰੋਂ, ਮੈਡਮ ਨੇ ਗੇਟ ਲਾਇਆ, ਬਾਕੀ ਇਹ ਵੀਡੀਓ ਤੁਸੀਂ ਚਲਾਉਣੀ ਹੈ। ਤੁਸੀਂ ਜਿਹੜੀ ਗੱਲ ਵਾਰ ਵਾਰ ਕਹਿ ਰਹੇ ਹੋ ਵੀ ਲੜਾਈ ਅੰਦਰ ਹੋਈ, ਲੜਾਈ ਦਾ ਕੀ ਐਵੀਡੈਂਸ ਤੁਹਾਡੇ ਕੋਲ? ਸਾਡੇ ਕੋਲ ਇਹਦੀਆਂ ਵੀਡੀਓ ਹੈ ਜੀ, ਵੀਡੀਓ ਤੁਹਾਨੂੰ ਦੇਵਾਂਗੇ, 4-5 ਵੀਡੀਓ ਸਾਡੇ ਕੋਲ ਇਹਦੀਆਂ। ਪਰ ਪ੍ਰਧਾਨ ਜੀ, ਸਾਡੀ ਗੱਲ ਜੋ ਜ਼ਿਲ੍ਹਾ ਸ਼ਿਕਸ਼ਾ ਅਧਿਕਾਰੀ DO ਸਾਹਿਬ ਨਾਲ ਹੋਈ ਸੀ, ਗੋਇਲ ਜੀ ਨਾਲ, ਉਹਨਾਂ ਨੇ ਸਾਨੂੰ ਇਹ ਗੱਲ ਕਹੀ ਲੜਾਈ ਬਾਹਰ ਹੋਈ ਹੈ। ਸਰ, ਤੁਹਾਡੇ ਕੋਲ ਕਿਹੜਾ ਇਹੋ ਜਿਹਾ ਐਵੀਡੈਂਸ ਹੈਗਾ ਜਿਹੜਾ ਤੁਹਾਡੇ ਕੋਲ? ਦਿਖਾਓ ਕੈਮਰੇ, ਦਿਖਾਓ ਸਾਨੂੰ ਵੀਡੀਓ, ਤੁਹਾਨੂੰ ਵੀਡੀਓ। ਆਹ ਵੇਖੋ ਜੀ, ਆਹ ਸਕੂਲ ਦੇ ਵਿੱਚ ਮਾਫੀ ਪੈਰਾਂ ਹੱਥ ਲਵਾ ਕੇ ਮੰਗਾਈ ਜਾਂਦੇ, ਇੱਥੇ ਹੀ ਕੁੱਟਦੇ ਆ, ਇਸ ਤੋਂ ਬਗੈਰ 3 ਵੀਡੀਓ ਹੋਰ ਹੈ ਜੀ। ਇਹ ਸਕੂਲ ਦੀ ਵੀਡੀਓ ਜੀ? ਹਾਂਜੀ, ਸਕੂਲ ਦੇ ਅੰਦਰ ਦੀ ਵੀਡੀਓ ਆ, ਜਗ੍ਹਾ ਤੁਸੀਂ ਵੇਖ ਲਓ ਨਾ, ਸਵਾਰ ਕੇ ਅੰਦਰ ਤੁਹਾਨੂੰ ਦੱਸ ਜੂਗੀ ਜਗ੍ਹਾ ਕਿਹੜੀ ਹੈ। ਠੀਕ ਹੈ, ਚਲੋ ਅਸੀਂ ਸਕੂਲ ਦੇ ਅੰਦਰ ਜਾ ਕੇ ਦੇਖ ਲੈਣੇ। ਹਾਂਜੀ, ਇਹ ਸਾਨੂੰ ਵੀਡੀਓ ਦਿਓਗੇ ਸਰ? ਹਾਂ ਜੀ, ਹਾਂ ਇਹ ਵੀਡੀਓ ਤੁਹਾਨੂੰ ਦੇਵਾਂਗੇ, ਹੋਰ 2 ਵੀਡੀਓ ਦੇਵਾਂਗੇ ਨਾਲ, ਸਾਰੀਆਂ ਵੀਡੀਓ ਤੁਹਾਨੂੰ ਭੇਜਾਂਗੇ ਜੀ। ਉਦੋਂ ਤੁਸੀਂ ਜਿਸ ਦਿਨ ਇਹ ਵਾਕਿਆ ਹੋਇਆ ਉਸ ਦਿਨ ਮੈਡਮ ਨਾਲ ਗੱਲ ਕੀਤੀ ਕਿਸੇ ਨੇ? ਮੈਡਮ ਨਾਲ ਸਾਰਿਆਂ ਨੇ ਗੱਲ ਕੀਤੀ ਸੀ। ਮੈਡਮ ਤਾਂ ਪੈਰਾਂ 'ਤੇ ਪਾਣੀ ਨਹੀਂ ਪੈਂਦਾ ਸੀ, ਕਹਿੰਦੀ ਜੀ ਸਕੂਲ ਦੇ ਵਿੱਚ ਲੜਾਈ ਹੋਈ ਨਹੀਂ, ਮੈਡਮ ਨੂੰ ਚੇਅਰਮੈਨ ਦੀ ਸਪੋਰਟ ਸੀਗੀ, ਉਹਦਾ ਕਰਕੇ ਸਾਰਾ ਕੰਮ ਇਹ ਹੋਇਆ, ਚੇਅਰਮੈਨ ਹੀ ਨੇ ਇਹ ਲੜਾਈ ਕਰਵਾਈ ਹੈ, ਨਾਲ ਪ੍ਰਿੰਸੀਪਲ ਨੇ ਸਪੋਰਟ ਕੀਤੀ ਉਹਨਾਂ ਦੀ। ਪ੍ਰਿੰਸੀਪਲ ਜਾਂ ਤਾਂ ਸਸਪੈਂਡ ਹੋਣੀ ਚਾਹੀਦੀ ਹੈ ਅਤੇ ਇਹਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਨਾਲ ਚੇਅਰਮੈਨ 'ਤੇ ਜੀ। ਜਿਵੇਂ ਤੁਸੀਂ ਦੱਸਿਆ ਹੈ ਵੀ ਇਸ ਤੋਂ ਪਹਿਲਾਂ ਵੀ ਕਈ ਵਾਕਿਆ ਇੱਥੇ ਹੋ ਚੁੱਕੇ ਨੇ, ਉਹਨਾਂ ਮੁੰਡਿਆਂ ਵੱਲੋਂ ਹੀ ਕੀਤੇ ਗਏ ਨੇ, ਤੇ ਉਦੋਂ ਕੋਈ ਪੁਲਿਸ ਰਿਪੋਰਟ ਜਾਂ ਕੋਈ? 3 ਮਹੀਨੇ ਪਹਿਲਾਂ ਇੱਥੇ ਸਕੂਲ 'ਚ ਪੁਲਿਸ ਆਈ ਸੀ ਇਸੇ ਲੜਾਈ ਦੇ ਕਾਰਨ। ਮੇਰੇ ਬੱਚੇ ਜਿਹੜੀ ਲੜਾਈ ਸੀ ਉਹ ਇਹਨਾਂ ਦੇ ਬੱਚਿਆਂ ਦੀ ਲੜਾਈ ਸੀਗੀ, ਉਦੋਂ ਹੀ ਪੁਲਿਸ ਆਈ ਸੀ,
ਉਸ ਤੋਂ ਬਾਅਦ ਇੱਥੇ ਮਰੀਜ਼ ਡੇਲੀ 100 ਬੰਦਾ ਆ ਕੇ ਖੜ੍ਹਦਾ ਕਾਪੇ ਲੈ ਕੇ, ਆਸੇ ਆਸੇ ਪਾਸੇ ਪਿੰਡਾਂ ਦੀ ਮਰੀਜ਼ ਆ ਜਿਹੜੀ ਇੱਥੇ ਡੇਲੀ ਖੜ੍ਹੀ ਹੁੰਦੀ। ਹੁਣ ਜਿੱਦਾਂ ਲੜਾਈ ਹੋ ਉਸ ਦਿਨ ਦੇ ਹੁਣ ਹਟਿਆ ਨਹੀਂ, ਇੱਥੇ 150 ਮੁੰਡੇ ਹੁੰਦੇ ਆ, ਨਾਲੇ ਕੁੜੀਆਂ ਨੂੰ ਪਰੇਸ਼ਾਨ ਕਰਦੇ ਆ, ਪਰ ਮੈਡਮ ਨੇ ਅੱਜ ਤੱਕ ਰਿਪੋਰਟ ਕਿਉਂ ਨਹੀਂ ਕੀਤੀ? ਇੱਕ ਵੀ ਮੁੰਡੇ ਦੀ ਰਿਪੋਰਟ ਨਹੀਂ ਕੀਤੀ, ਇਕੱਲੀ ਚੇਅਰਮੈਨ ਦੇ ਕਹਿਣ 'ਤੇ। ਤੁਸੀਂ ਹੁਣ ਮੇਨ ਸਰਕਾਰ ਅੱਗੇ ਜਾਂ ਸਾਡੇ DO ਜਾਂ ਜਿਹੜੇ ਸਿੱਖਿਆ ਵਿਭਾਗ ਸੈਕਟਰੀ ਨੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ? ਸਿੱਖਿਆ ਵਿਭਾਗ ਦੇ ਸੈਕਟਰੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਵੀ ਇਹ ਮੈਡਮ ਨੂੰ ਸਸਪੈਂਡ ਕਰਕੇ ਅਤੇ ਕਾਰਵਾਈ ਕੀਤੀ ਜਾਵੇ ਅਤੇ ਇੱਥੋਂ ਇਹਨੂੰ ਕੱਢਿਆ ਜਾਵੇ ਸਾਡੇ ਸਕੂਲ 'ਚੋਂ। ਮੈਡਮ ਦਾ ਨਾਂ ਕੀ? ਨਾਂ ਕਿਸੇ ਨੇ ਬੋਲਿਆ? ਰੇਣੂ ਬਾਲਾ ਮੈਡਮ ਹੈ ਜੀ, ਪ੍ਰਿੰਸੀਪਲ ਰੇਣੂ ਬਾਲਾ ਜੀ। ਕਿੱਥੋਂ ਰਹਿਣ ਵਾਲੇ ਕੁਛ ਪਤਾ ਇਹਨਾਂ ਦਾ? ਲੋਕਲ ਫਾਈਲ ਕਰੇ ਜੀ। ਠੀਕ ਹੈ ਜੀ, ਸਰ ਕੀ ਨਾਂ ਪ੍ਰਿੰਸੀਪਲ ਦਾ? ਰੇਣੂ ਬਾਲਾ ਜੀ, ਲੋਕਲ ਫਾਈਲ ਕਾ ਤੋਂ ਹੈ ਜੀ। ਰੇਣੂ ਬਾਲਾ ਜੀ ਨਾ? ਹਾਂਜੀ। ਕੀ ਸੀ ਲੜਾਈ ਦੀ? ਲੜਾਈ ਹੋਈ ਕਿੱਥੇ ਹੈ ਜੀ? ਅਤੇ ਤੁਹਾਡੇ ਖਿਲਾਫ ਇਹ ਧਰਨਾ ਕਿਉਂ ਲਗਾਇਆ? ਤੁਸੀਂ ਜਾਓ ਤੇ ਬੱਚਿਆਂ ਨੂੰ ਮੱਲਮ ਪੱਟੀ ਕਰਕੇ ਪਾਣੀ ਪੁਣੀ ਉਹਨਾਂ ਨੂੰ ਪੁੱਛਿਆ, ਫੋਨ ਨੰਬਰ ਵਗੈਰਾ ਪੁੱਛਿਆ ਬੱਚਿਆਂ ਦੇ। ਸੱਟਾਂ ਵੀ ਲੱਗੀਆਂ ਹੋਈਆਂ ਬੱਚਿਆਂ ਦੇ? ਸੱਟਾਂ ਨਾਲ ਪੱਟੀ ਪੁੱਟੀ ਕੀਤੀ ਹੈ। ਉਹ ਬਾਹਰੋਂ ਲੜਦੇ ਲੜਦੇ। ਠੀਕ ਹੈ, ਕੋਈ ਵਜ੍ਹਾ? ਉਹਨਾਂ ਨੇ ਮਾਰਕੁੱਟ ਕੀਤੀ ਸਕੂਲ ਦੇ ਕੈਂਪਸ 'ਚ? ਸਾਡੇ ਟੀਚਰ ਨੇ ਛੁਡਵਾਇਆ, ਜਿਵੇਂ ਉਹਨਾਂ ਦੇ ਮਗਰ ਮਗਰ ਭੱਜਦੇ ਆਏ ਆ, ਸਾਡੇ ਟੀਚਰ ਨੇ ਛੁਡਵਾਇਆ ਸਭ ਨੇ। ਠੀਕ ਹੈ, ਪਾਣੀ ਪੁਣੀ ਪਿਲਾਇਆ, ਬੱਚੇ ਨੂੰ ਬਿਠਾਇਆ ਸਭ ਨੇ। ਠੀਕ ਹੈ, ਵਜ੍ਹਾ ਕੀ ਸੀ? ਸਰ ਵਜ੍ਹਾ ਸਾਨੂੰ ਤਾਂ ਪਤਾ ਹੀ ਨਹੀਂ, ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਬੱਚਿਆਂ ਨੂੰ ਨਾ ਕਹਿੰਦੇ, ਪਹਿਲੇ ਸਮਝਾਉਂਦੇ ਵੀ ਕੀ ਗੱਲ ਹੈ, ਸਾਨੂੰ ਤਾਂ ਦੱਸਿਆ ਹੀ ਨਹੀਂ। ਬਾਹਰ ਧਰਨੇ ਵਾਲੇ ਜਿਹੜੇ ਉਹ ਦੋਸ਼ ਲਗਾ ਰਹੇ ਸੀਗੇ ਕਿ ਇੱਥੇ ਜਿਹੜਾ ਬਹੁਤ ਹਰ ਰੋਜ਼ ਜਿਹੜਾ ਹਜੂਮ ਬੱਚਿਆਂ ਦਾ ਇੱਥੇ ਬਾਹਰ ਲੱਗਿਆ ਹੁੰਦਾ ਹੈ, ਤੇ ਪ੍ਰਿੰਸੀਪਲ ਮੈਡਮ ਜਿਹੜਾ ਉਹਨਾਂ ਨੂੰ ਰੋਕਦੇ ਨਹੀਂ? ਨਹੀਂ, ਕਦੇ ਵੀ ਨਹੀਂ ਹੁੰਦਾ ਸਰ। ਪਲੱਸ 1-2 ਦਿਨ ਬੱਚੇ ਜਾਣਗੇ, ਪਹਿਲੇ ਕੁੜੀਆਂ ਨੂੰ 10 ਮਿੰਟ ਪਹਿਲੇ ਕੁੜੀਆਂ ਨੂੰ ਛੁੱਟੀ ਕਰਦੇ ਹਾਂ। ਠੀਕ ਹੈ, ਫਿਰ ਮੁੰਡਿਆਂ ਨੂੰ ਕਰਦੇ ਹਾਂ। ਈਵਨ ਕਿ ਸਾਡੇ 3-4 ਮਤਲਬ ਜਿਵੇਂ ਸਲੀਪਰ ਹੈ ਸਾਡੇ, ਦੂਸਰੇ ਹੋਰ ਵੀ 2-3 ਜਣੇ, ਇੱਕ ਅਸੀਂ ਵੈਸੇ ਗੇਟ 'ਤੇ ਆਂਟੀ ਰੱਖੇ ਹੋਏ ਸਭ ਹੁੰਦੇ ਨੇ। ਸਲੀਪਰ ਨੇ ਤਾਂ ਇਵਨ ਕਿਹਾ ਜੇ ਕੋਈ ਬੱਚੇ ਇਕੱਠੇ ਹੁੰਦੇ ਉਹਦੀ ਫੋਟੋ ਖਿੱਚ ਲਿਆ ਕਰੋ, ਆਪੇ ਡਰ ਕੇ ਭੱਜਣਗੇ। ਇਸ ਤਰ੍ਹਾਂ ਦਾ ਕੁਛ ਨਹੀਂ ਕਦੇ ਤੁਸੀਂ ਉਹ ਇਹਦੇ ਬਾਰੇ ਕਦੇ ਪੁਲਿਸ ਨੂੰ ਜਾਂ ਪੰਚਾਇਤ ਨੂੰ ਨਹੀਂ ਸਰ ਇਸ ਤਰ੍ਹਾਂ ਕਦੇ ਨਹੀਂ? ਜਿੱਦਾਂ ਉਹ ਦੱਸ ਰਹੇ ਆ ਵੀ ਜਿਹੜੇ ਆਊਟਸਾਈਡਰ ਖਲੋਤੇ ਆ ਬਾਹਰ, ਕਦੇ ਉਹਨਾਂ ਬਾਰੇ ਇਨਫੋਰਮ ਕੀਤਾ? ਆਊਟਸਾਈਡਰ ਦੇਖੋ, ਕੋਈ ਤਾਂ ਆਪਣੀ ਬੱਚੀ ਨੂੰ ਲੈਣ ਆਉਂਦਾ ਪੈਂਦਾ, ਕੋਈ ਭੈਣ ਨੂੰ ਲੈਣ ਆਉਂਦਾ, ਤੇ ਹੁਣ ਸਾਨੂੰ ਤਾਂ ਨਹੀਂ ਨਾ ਪਤਾ, ਸਾਡੇ ਕੋਲ ਚਲੇ ਜਾਂਦੇ। ਠੀਕ ਹੈ, ਪਰ ਇਸ ਤਰ੍ਹਾਂ ਤਾਂ ਨਹੀਂ ਹੋਇਆ ਸਰ। ਜਿਹੜੀ ਉਸ ਦਿਨ ਲੜਾਈ ਹੋਈ ਹੈ ਜੀ, ਉਹਦੇ ਸੰਬੰਧ 'ਚ ਵੀ ਉਹ ਕਹਿੰਦੇ ਵੀ ਪ੍ਰਿੰਸੀਪਲ ਮੈਡਮ ਨੇ ਜਿਹੜਾ ਉਹ ਪੁਲਿਸ ਨੂੰ ਕੋਈ ਇਨਫੋਰਮ ਨਹੀਂ ਕੀਤਾ? ਸਰ ਅਸੀਂ ਬਹੁਤ ਫੋਨ ਕੀਤੇ ਨੇ, ਅਸੀਂ 12:30 ਦੇ ਲੱਗੇ ਹੋਏ ਹਾਂ ਫੋਨ ਕਰਨ, 2 ਵਜੇ ਤੱਕ ਕੀਤੇ, 3 ਫੋਨ ਕੀਤੇ, 4 ਫੋਨ 'ਚ ਕਿਹਾ ਉਹਨਾਂ ਨੂੰ, ਕਿਹਾ ਕਹਿੰਦੇ ਭੇਜੀ ਹੋਈ ਹੈ ਜੀ ਮੇਰੀ ਆਪ ਗੱਲ ਹੋਈ। ਫਿਰ ਉਸ ਤੋਂ ਬਾਅਦ ਫਿਰ ਫੋਨ ਕੀਤਾ ਸੀਗਾ ਵੀ ਚੱਲ ਛੁੱਟੀ ਦੇ ਹੁੰਦੇ ਹੁੰਦੇ ਪੁਲਿਸ ਆ ਜਾਵੇ ਅਤੇ ਬੱਚਿਆਂ ਨੂੰ ਮਾਂ ਬਾਪ ਦੀ ਸਪੁਰਦ ਕਰ ਦਿੰਦੇ ਤਾਂ ਕਿ ਕੋਈ ਬਾਹਰ ਜ਼ਿਆਦਾ ਹੋਰ ਸਰਟੀਫਿਕੇਟ ਨਾ ਬਣੇ। ਅਤੇ ਉਸ ਤੋਂ ਬਾਅਦ ਉਹਨਾਂ ਉਹ ਕਹਿੰਦੇ ਸਾਡੇ ਕੋਲ ਤਾਂ ਮੁਲਾਜ਼ਮ ਵੀ 4 ਨੇ ਜੀ। ਫਿਰ ਸਾਡੇ ਸਗੋਂ ਸਟਾਫ ਨੇ ਕਿਹਾ ਵੀ ਚਲੋ ਤੁਹਾਨੂੰ ਫਿਰ ਸਿਕਿਉਰਿਟੀ ਦੀ ਲੋੜ ਆ, ਨਹੀਂ ਆਏ ਸਰ। ਇਹ 3 ਵਜੇ ਦੇ ਬਾਅਦ ਆਏ ਨੇ, 3 ਵਜੇ ਤੋਂ ਉਦੋਂ ਸਟਾਫ ਜਾ ਚੁੱਕਾ ਸੀ? ਨਹੀਂ ਸਰ, ਇੱਥੇ ਸੀ ਅਸੀਂ। ਅਸੀਂ ਉਹਨਾਂ ਦੇ ਪੇਰੈਂਟਸ ਨੂੰ ਕਨਵਿੰਸ ਕਰ ਰਹੇ ਸੀਗੇ ਜੀ, ਜਿਵੇਂ ਜਿਵੇਂ ਜੋ ਜੋ ਅਸੀਂ ਗੱਲਾਂ ਮਤਲਬ ਜੋ ਦੇਖੀਆਂ ਉਹਨਾਂ ਦੀ ਮੱਲਮ ਪੱਟੀ ਕੀਤੀ ਸਾਰਾ ਉਹ ਅਸੀਂ ਦੱਸ ਰਹੇ ਸੀ। ਬੱਚੇ ਉਹਨਾਂ ਦੇ ਦੇਖੋ ਮਾਂ ਬਾਪ ਦੇ ਨੰਬਰ ਹੀ ਨਹੀਂ ਦੇ ਰਹੇ ਸੀਗੇ।
ਐਵੇਂ ਯਾਰ ਦੋਸਤਾਂ ਦੇ ਰਹੇ ਸੀ ਅਸੀਂ ਕਿ ਤਿੰਨ ਹਜੇ ਬੱਚੇ ਆਏ ਵੀ ਨਹੀਂ ਸੀ ਕਿ ਨਹੀਂ ਕਾਕੇ ਤੁਹਾਡੇ ਤਿੰਨਾਂ ਦੇ ਨਾਲ ਅਸੀਂ ਨਹੀਂ ਭੇਜਣੇ ਬੱਚੇ, ਨਾਲੇ ਪੇਰੈਂਟਸ ਨੂੰ ਕਹੋ ਤਿੰਨ ਚਾਰ ਜਣੇ ਨਾਲ ਲੈ ਕੇ ਆਉਣ ਵੀ ਅਸੀਂ ਉਹਨਾਂ ਨੂੰ ਮਤਲਬ ਸਹੀ ਬੱਚੇ ਮਤਲਬ ਸਹੀ ਹੱਥ 'ਚ ਬੱਚੇ ਦੇਣਾ ਚਾਹੁੰਦੇ ਵੀ ਐਵੇਂ ਨਹੀਂ ਕਿਤੇ ਇੱਥੋਂ ਜਾਣ ਫਿਰ ਕਿਤੇ ਕੋਈ ਲੜਾਈ ਹੋ ਜਾਵੇ। ਇੱਕ ਮੈਡਮ ਉਹ ਕਹਿੰਦੇ ਆ ਵੀ ਜਿਹੜਾ ਸਕੂਲ ਦਾ ਚੇਅਰਮੈਨ ਹੈ ਉਹ ਆਪ ਖੁਦ ਇੱਥੇ ਆ ਕੇ ਸਕੂਲ ਦੇ ਵਿੱਚ ਉਹ ਬੱਚਿਆਂ ਨੂੰ ਕੁੱਟਦਾ ਰਿਹਾ। ਚੇਅਰਮੈਨ ਨਹੀਂ ਹੈ ਕੋਈ, ਚੇਅਰਮੈਨ ਨਹੀਂ ਸੀ। ਠੀਕ ਹੈ, ਜਾਂ ਪੇਰੈਂਟਸ ਉਹਨਾਂ ਦੇ ਬੱਚਿਆਂ ਦੇ ਨਾਮ 'ਤੇ ਸਕੂਲ 'ਚ ਕੁੱਟਿਆ? ਪੇਰੈਂਟਸ ਵੀ ਉਸ ਬੱਚੇ ਦੇ ਨਾਮ 'ਤੇ ਸੰਭੇਲ ਤਾਂ ਲੋਕ ਕੁੱਟੇ ਹੋਏ। ਠੀਕ ਹੈ, ਨਹੀਂ ਕਿਸੇ ਹੋਰ ਨੇ ਆਣ ਕੇ ਬੱਚਿਆਂ ਦੇ ਨਾਲ ਜਿਵੇਂ ਸਕੂਲ ਦੇ ਬੱਚੇ ਤਾਂ ਲੜੇ ਆਪਸ 'ਚ, ਤੁਸੀਂ ਦੱਸ ਰਹੇ ਹੋ ਕਿਸੇ ਹੋਰ ਦੇ ਪੇਰੈਂਟਸ ਨੇ ਵੀ ਆਣ ਕੇ ਸਕੂਲ 'ਚ ਕੁੱਟਿਆ ਬੱਚੇ ਨੂੰ? ਸਰ ਉਹ ਜਿਹੜਾ ਜਿਹਦਾ ਬੱਚੇ ਦਾ ਨਾਮ ਕੱਟਿਆ ਹੋਇਆ ਨਾ 1.5 ਸਾਲ ਪਹਿਲੇ, ਉਹ ਹੀ ਆਇਆ ਸੀ, ਉਹੀ ਬੱਚਾ ਆਇਆ ਸੀ, ਪੇਰੈਂਟਸ ਤਾਂ ਕਿਸੇ ਦਾ ਨਹੀਂ ਆਇਆ। ਹਾਂਜੀ ਸਰ, ਸਰ ਇਹ ਧਰਨਾ ਕਿਉਂ ਲੱਗਾ ਅਤੇ ਕੀ? ਇਹ ਸੀਨੀਅਰ ਸੈਕੰਡਰੀ ਸਕੂਲ ਜਿੰਨੇ ਵਾਲਾ ਪੈਂਦਾ ਹੈ ਥਾਣੇ ਅਰਜਵਾਲੇ ਵਿੱਚ। ਠੀਕ ਹੈ, ਉੱਥੇ ਇੱਕ 16 ਤਰੀਕ ਨੂੰ ਝਗੜਾ ਹੋਇਆ ਸੀਗਾ, ਸਕੂਲ ਦੇ ਬੱਚੇ ਆਪਸ ਲੜ ਪਏ ਸੀਗੇ, ਝਗੜਾ 3-4 ਥਾਵੇਂ ਹੋਇਆ ਜਿੱਥੇ FIR ਨੰਬਰ 80 ਦਰਜ ਹੋ ਗਈ ਸੀਗੀ। ਅਤੇ ਉਹਦੇ ਸੰਬੰਧ ਪ੍ਰਿੰਸੀਪਲ ਦਾ ਜਿਹੜਾ ਰੋਲ ਸੀਗਾ ਉਹ ਥੋੜ੍ਹਾ ਜਿਹਾ ਰਿਪਬਲਿਕ ਕਹਿ ਰਹੀ ਇਤਰਾਜ਼ ਹੋਊ ਸੀਗਾ, ਜਿਹਦੇ ਕਰਕੇ ਇਹ ਧਰਨਾ ਲੱਗਿਆ। ਧਰਨੇ 'ਚ ਮੈਂਬੋਰੈਂਡਮ ਦਿੱਤਾ ਹੈ, ਡਿਪਟੀ DO ਸਾਹਿਬ ਜਿਹੜੇ ਹੈਗੇ ਨੇ ਉਹ ਆਏ ਸੀਗੇ ਅਤੇ ਉਹਨਾਂ ਨੂੰ ਮੈਂਬੋਰੈਂਡਮ ਦਿੱਤਾ ਅਤੇ ਹਫ਼ਤੇ ਦੇ ਅੰਦਰ ਕਾਰਵਾਈ ਕਰਨ ਲਈ ਵਿਸ਼ਵਾਸ ਦਿੱਤਾ ਹੈ ਪ੍ਰਸ਼ਾਸਨ ਨੇ। ਸਰ ਉਹਨਾਂ ਨੇ ਕੀ ਮੰਗ ਸੀਗੀ ਜਿਹੜੀ ਅੱਜ ਮੇਨ ਰਹੀ ਹੈ? ਉਹਨਾਂ ਦੀ ਮੰਗ ਲਿਖ ਕੇ ਦਿੱਤੀ ਹੈ ਉਹਨਾਂ ਨੇ ਸਾਨੂੰ। ਠੀਕ ਹੈ ਜੀ, ਅਡਡ ਮੰਗਾਂ ਨੇ ਵੀ ਪ੍ਰਿੰਸੀਪਲ ਜਿਹੜੇ ਮੈਡਮ ਨੇ ਬਿਹੇਵੀਅਰ ਠੀਕ ਨਹੀਂ, ਗਲਤ ਉਹ ਕਰਦੇ ਨੇ, ਬੱਚੇ ਇੱਥੇ ਲੜਦੇ ਨੇ ਅਤੇ ਉਹਨਾਂ ਦੀ ਸੂਚਨਾ ਨਹੀਂ ਦਿੰਦੇ ਕਿਸੇ ਨੂੰ, ਇੱਦਾਂ ਦੀ ਕੋਈ ਮੰਗਾਂ ਸੀ ਉਹਨਾਂ ਦੀਆਂ। ਠੀਕ ਹੈ ਜੀ। ਸਰ ਜਿਹੜਾ ਤੁਸੀਂ ਮਾਮਲਾ ਦੱਸ ਰਹੇ ਹੋ ਦਰਜ ਹੋਇਆ, ਉਹਦੇ 'ਚ ਕੋਈ ਅਰੈਸਟ ਵਗੈਰਾ ਵੀ ਹੋਈ ਹੈ ਅਜੇ ਤੱਕ? ਨਹੀਂ ਹਜੇ ਅਰੈਸਟ ਨਹੀਂ ਹੋਈ, ਉਹ ਭਗੌੜੇ ਨੇ, ਜਲਦੀ ਕਾਬੂ ਕਰ ਲਵਾਂਗੇ। ਠੀਕ ਹੈ ਜੀ। ਸਰ ਆਪਣੀ ਪੋਸਟ ਆਪਾਂ ਕਿੱਥੇ ਪਹੁੰਚੇ ਹਾਂ, ਸਰ ਕੋਈ ਜਾਣਕਾਰੀ ਦਿਓ, ਕੀ ਮਾਮਲਾ ਸਰ ਪੂਰਾ ਇਹ? ਮਾਮਲਾ ਵੇਖੋ ਜੀ, ਅੱਜ ਅਚਾਨਕ ਪਤਾ ਲੱਗਿਆ ਕਿ ਜੋ ਸੀਨੀਅਰ ਸੈਕੰਡਰੀ ਸਕੂਲ ਚਿੰਨੇ ਵਾਲਾ ਹੈ ਫਾਜ਼ਿਲਕਾ 1 ਬਲੋਕ ਦਾ, ਉੱਥੇ ਕੁਛ ਪਿੰਡ ਵਾਸੀਆਂ ਨੇ ਜਾਂ ਆਸ ਪਾਸ ਦੇ ਪਿੰਡਾਂ ਦੇ ਪੇਰੈਂਟਸ ਨੇ ਜੋ ਲੋਕ ਨੇ ਉਹਨਾਂ ਨੇ ਇੱਕ ਧਰਨਾ ਲਗਾਇਆ ਹੋਇਆ। ਜਦੋਂ ਇਹ ਸੂਚਨਾ ਮਿਲੀ ਤਾਂ DO ਸਾਹਿਬ ਵੀ ਫੀਲਡ 'ਤੇ ਸੀ ਅਤੇ ਮੈਨੂੰ ਉਹਨਾਂ ਨੇ ਭੇਜਿਆ ਕਿ ਤੁਸੀਂ ਮੌਕੇ 'ਤੇ ਪਹੁੰਚੋ। ਇੱਥੇ ਆਏ ਹਾਂ, ਇੱਥੇ ਆ ਕੇ ਪਤਾ ਲੱਗਿਆ ਕਿ ਕੁਛ ਦਿਨ ਪਹਿਲੇ ਬੱਚਿਆਂ ਦੀ ਕੋਈ ਲੜਾਈ ਹੋਈ ਸੀ, ਉਹ ਲੜਾਈ ਦੇ ਕਾਰਨ ਵੀ ਧਰਨਾ ਲੱਗਿਆ ਸੀ, ਸ਼ਾਇਦ ਪਿਛਲੇ ਮੰਗਲਵਾਰ ਦੀ ਗੱਲ ਹੈ। ਅਤੇ ਪਰ ਉਹ ਮੁੱਦਾ ਜਿਹੜਾ ਉਹ ਬੱਚਿਆਂ 'ਤੇ ਕਾਰਵਾਈ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਸਕੂਲ ਵੱਲੋਂ ਜਾਂ ਜੋ ਵੀ ਸੀ ਬੱਚਿਆਂ ਦੇ ਪੇਰੈਂਟਸ ਵੱਲੋਂ ਉਹ ਸੂਚਨਾ ਦੇ ਦਿੱਤੀ ਗਈ ਸੀ, ਉਹ ਪੁਲਿਸ ਪ੍ਰਸ਼ਾਸਨ ਕੋਲ ਹੈ ਮਾਮਲਾ, FIR ਪਤਾ ਲੱਗਿਆ ਕਿ ਕਿਉਂਕਿ DSP ਸਾਹਿਬ ਨਾਲ ਮੁਲਾਕਾਤ ਹੋਈ ਮੌਕੇ 'ਤੇ, ਉਹ ਵੀ ਪਹੁੰਚੇ ਹੋਏ ਸੀ, ਤਾਂ ਉਹ ਕਾਰਵਾਈ ਉਹਨਾਂ 'ਤੇ ਜੋ ਆਪਣੀ ਬਣਦੀ ਉਹ ਕਰ ਰਹੇ ਨੇ। ਪਰ ਅੱਜ ਦੇ ਧਰਨੇ ਦੇ ਵਿੱਚ ਜੋ ਨਜ਼ਰ ਆ ਰਿਹਾ ਉਹ ਕੁਛ ਪਿੰਡ ਵਾਸੀਆਂ ਦੀਆਂ ਆਦੀਆਂ ਮੰਗਾਂ ਨੇ, ਉਹਨਾਂ ਨੂੰ ਬੁਲਾਇਆ ਗਿਆ ਇੱਥੇ ਉਹਨਾਂ ਦੇ ਨੁਮਾਇੰਦਿਆਂ ਨੂੰ ਆਫਿਸ ਦੇ ਵਿੱਚ ਹੀ, DSP ਸਾਹਿਬ ਵੀ ਕੋਲੇ ਸੀ, ਅਤੇ ਉਹ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਜੇਕਰ ਤੁਹਾਡੀਆਂ ਕੋਈ ਮੰਗਾਂ ਨੇ, ਤੁਹਾਨੂੰ ਕੋਈ ਸਕੂਲ ਨਾਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਹ ਸਾਨੂੰ ਦੱਸੋ, ਅਸੀਂ ਹਾਇਰ ਅਥੋਰਟੀ ਨੂੰ ਇਨਫੋਰਮ ਕਰਾਂਗੇ, ਜਿੱਦਾਂ ਵੀ ਹੋਇਆ ਅਸੀਂ ਉਹਨੂੰ ਡਿਪਾਰਟਮੈਂਟਲ ਪ੍ਰੋਸੀਡਿੰਗਸ ਉਸ ਤਰ੍ਹਾਂ ਅਸੀਂ ਐਂਟਰਟੇਨ ਕਰਾਂਗੇ। ਟਾਈਮ ਦਿੱਤਾ ਉਹਨਾਂ ਨੂੰ, ਕੋਈ ਗੱਲ ਸਰ ਮੇਨ ਮੰਗਾਂ ਕੀ ਨੇ ਉਹਨਾਂ ਦੀਆਂ, ਦੱਸੋ ਮੇਨ ਜਿਹੜੀ ਮੇਨ ਕਰ ਰਹੇ ਨੇ ਉਹ? ਮੇਨ ਕਾਰਨ ਤਾਂ ਜੋ ਲੜਾਈ ਦੀ ਗੱਲ ਸੀ ਉਹ ਵੀ ਥੋੜ੍ਹੀ ਬਹੁਤ ਹੈ ਵਿੱਚ, ਕਿ ਉਸ ਦਿਨ ਜਿਹੜਾ ਉਹ ਚਾਹੁੰਦੇ ਸੀ ਉਹਨਾਂ ਨੂੰ ਉਸ ਤਰੀਕੇ ਸੂਚਨਾ ਨਹੀਂ ਮਿਲੀ। ਦੂਸਰਾ ਉਹ ਕਹਿ ਰਹੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਸਾਹਮਣੇ ਆਈ ਹੈ ਕਿ ਸਕੂਲ ਦੇ ਬਾਹਰ ਜਿਹੜੇ ਲੋਕ ਨੇ ਕੁਛ ਇਸ ਤਰ੍ਹਾਂ ਦੇ ਅਨਸਰ ਹੁੰਦੇ ਆ ਜਿਹਦੇ ਨਾਲ ਸਾਡੇ ਸਕੂਲ ਦੀ ਡਿਸਿਪਲਿਨ ਨੂੰ ਖਤਰਾ ਹੈ, ਇੱਕ ਤਾਂ ਇਹ ਗੱਲ ਸਾਹਮਣੇ ਆਈ ਹੈ। ਦੂਸਰਾ ਉਹਨਾਂ ਨੂੰ ਆਇਆ ਕਿ ਸਕੂਲ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਜਾਂ ਕੋਈ ਕਮੇਟੀ ਵਗੈਰਾ ਫੋਰਮ ਹੋਈ ਹੈ ਤਾਂ ਸ਼ਾਇਦ ਸਾਨੂੰ ਉਨਾ ਇਨਫੋਰਮ ਨਹੀਂ ਕੀਤਾ ਗਿਆ, ਜਿੰਨੀ ਦੇਰ ਲਿਖਤੀ ਸਾਡੇ ਕੋਲ ਨਹੀਂ ਆਏਗਾ ਅਸੀਂ ਉਹ ਮੈਟਰ ਕਿਵੇਂ ਇਨਕੁਆਇਰ ਕਰਵਾ ਸਕਦੇ ਹਾਂ, ਇਸੇ ਲਈ ਉਹਨਾਂ ਨੂੰ ਅਸੀਂ ਇਨਫੋਰਮ ਕੀਤਾ। ਅਸੀਂ ਸਿਰੇ ਧਰਨਾ ਸਿਰੇ ਦਾ ਕਵਰ ਕਰ ਰਹੇ ਹਾਂ,
ਉਹਦੇ ਜਿਹੜੇ ਮੇਨ ਮੁੱਦਾ ਗੱਲ ਕਰ ਰਹੇ ਅੰਦਰ ਡਿਪਟੀ ਸਾਹਿਬ ਵੀ ਆਏ ਸੀ, ਉਹਨਾਂ ਸਾਹਮਣੇ ਮੇਨ ਗੱਲ ਰੱਖੀ ਵੀ ਮੈਡਮ ਦੀ ਬਦਲੀ ਕੀਤੀ ਜਾਵੇ, ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਮੇਨ ਮੁੱਦਾ ਉਹਨਾਂ ਨੇ ਚੁੱਕਿਆ, ਤੁਸੀਂ ਗੱਲ ਨਹੀਂ ਕਰ ਰਹੇ ਹੋ ਸਰ। ਹਾਂਜੀ, ਕੁਝ ਪਿੰਡ ਵਾਸੀਆਂ ਵੱਲੋਂ ਇਹ ਮੰਗ ਸਿੱਧੇ ਤੌਰ 'ਤੇ ਰੱਖੀ ਗਈ ਹੈ, ਪਰੰਤੂ ਇਹ ਪਤਾ ਹੀ ਹੈ ਆਪਾਂ ਨੂੰ ਕਿ ਜਿਹੜਾ ਕੰਮ ਹੈ ਉਹ ਪੁੱਛ ਰਿਹਾ, ਮੰਗ ਕੀ ਰੱਖੀ ਗਈ ਸਰ? ਮੰਗ ਪੁੱਛ ਰਹੇ ਤੁਹਾਡੇ, ਮੰਗ ਇਹੀ ਰੱਖੀ ਗਈ ਹੈ ਕਿ ਮੈਡਮ ਜਿਹੜਾ ਉਹ ਸਾਨੂੰ ਕੋਆਪਰੇਟ ਨਹੀਂ ਕਰਦੇ, ਅਤੇ ਮੈਡਮ ਵੱਲੋਂ ਜੋ ਅਸੀਂ ਆਉਂਦੇ ਹਾਂ ਕਿਸੇ ਕੰਮ ਲਈ ਸਕੂਲ ਦੇ ਵਿੱਚ ਪਹੁੰਚਦੇ ਹਾਂ, ਸਾਨੂੰ ਉਹ ਬਣਦਾ ਮਾਣ ਸਤਿਕਾਰ ਜਿਹੜਾ ਉਹਨਾਂ ਨਹੀਂ ਦਿੱਤਾ ਜਾਂਦਾ, ਅਤੇ ਇਸ ਲਈ ਇਹ ਮੈਡਮ ਨੂੰ ਇੱਥੋਂ ਟ੍ਰਾਂਸਫਰ ਕੀਤਾ ਜਾਏ। ਇਸੇ ਲਈ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖਤੀ ਵਿੱਚ ਆਪਣੀਆਂ ਗ੍ਰੀਵੈਂਸਿਸ ਦਿਓ, ਅਸੀਂ ਉਹਨਾਂ 'ਤੇ ਵਿਚਾਰ ਕਰਾਂਗੇ, ਜੋ ਡਿਪਾਰਟਮੈਂਟਲ ਬਣਦਾ ਅਸੀਂ ਜ਼ਰੂਰ ਉਹਦੇ 'ਤੇ ਕਰਾਂਗੇ। ਠੀਕ ਸਰ, ਆਪਣੀ ਪੋਸਟ ਸ਼ੁਭ ਨਾਮ ਸਰ ਆਪਣਾ? ਪੰਕਜ ਅੰਗੀ, ਡਿਪਟੀ ਡੀਓ ਸੈਕੰਡਰੀ ਫਾਜ਼ਿਲਕਾ। ਧੰਨਵਾਦ ਸਰ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।